ਇਹ ਨਹੀਂ ਹੈਗਾ ਸਾਡੇ ਕਿਸੇ ਨੇ ਕਿਸੇ ਪਿੰਡ ਦੇ ਵਿੱਚ ਕਿਸੇ ਨੇ ਕਹਿੰਦਾ ਵੀ ਤੁਹਾਡੀ ਫੀਡ ਦੇ ਵਿੱਚ ਟੌਕਸੀਸਿਟੀ ਆ ਤੇ ਮੈਂ ਸਿਧਾਰਥ ਨੂੰ ਕਿਹਾ ਸ਼ਾਇਦ ਆਪਣੀ ਗੱਲ ਪਹਿਲਾਂ ਵੀ ਹੋਈ ਹੋਊਗੀ ਤੇ ਮੈਂ ਸਿਧਾਰਥ ਨੂੰ ਇਹ ਗੱਲ ਕਹੀ ਮੈਂ ਕਿਹਾ ਯਾਰ ਵੀ ਆਪਣੇ ਕੋਈ ਮਾੜੀ ਗੱਲ ਆ ਜੇ ਕਿਸੇ ਦੇ ਘਰੇ ਟੌਕਸੀਸਿਟੀ ਆ ਗਈ ਇਹ ਇਹਨੂੰ ਮੈਂ ਉਸੇ ਟਾਈਮ ਤੇ ਉਹਨਾਂ ਨੂੰ ਬਿਨਾਂ ਦੱਸੇ ਭੇਜਤਾ ਤੇ ਇਹਨੇ 5 ਲੈਬੋਰਟਰੀਆਂ ਵਾਲੇ ਬੁਲਾ ਲਏ ਉੱਥੇ ਤੇ ਸਾਰਿਆਂ ਨੂੰ ਸੈਂਪਲ ਭਰਾ ਤੇ ਤੇ ਇਨ ਦਾ ਸੈਂਸ ਇਹਨੂੰ 3 ਦਿਨ ਲੱਗ ਗਿਆ ਜਿਹਨੇ ਟੈਸਟ ਕੀਤਾ ਸੀ ਉਹਨੇ 2 ਘੰਟੇ 'ਚ ਦੱਸ ਕੇ ਬਾਅਦ ਸਾਡੇ 2 ਉਹਨਾਂ ਦੇ ਸੀ 3 ਸਾਡੇ ਸੀ ਠੀਕ ਹੈ ਲੈਬ ਵਾਲੇ ਇਹ ਨਹੀਂ ਸੀਗਾ ਵੀ ਅਸੀਂ ਆਪਣਾ ਅਸੀਂ ਕਿਹਾ ਬਟ ਟੈਸਟਿੰਗ ਰਿਪੋਰਟ ਅਸੀਂ ਬੰਬੇ ਦੀ ਲਵਾਂਗੇ ਤੇ ਉਹ ਲਈ ਤੇ ਸਾਡੀ ਫੀਡ ਪਾਸ ਹੋਈ ਤੇ ਉਹ ਅੱਜ ਵੀ ਸਾਡੇ ਕਸਟਮਰ ਨੇ ਤੇ ਹੁਣ ਉਹ ਸਭ ਨੂੰ ਚੈਲੰਜ ਕਰਦੇ ਆ ਵੀ ਨਹੀਂ ਇਹ ਸਹੀ ਨੇ ਉਹ ਗਲਤ ਗਾਈਡ ਤੁਸੀਂ ਕਿਹਾ ਵੀ ਆਪਾਂ ਡਰਾਈ ਤੋਂ ਸ਼ੁਰੂ ਕਰਨਾ ਜੀ ਉੱਥੇ ਕੀ ਤੁਸੀਂ ਮੰਨ ਲਓ ਸਭ ਨੂੰ ਵੱਡੀ ਪ੍ਰੋਬਲਮ ਡਰਾਈ ਦੇ ਵਿੱਚ ਡੀਕੈਡ ਦੀ ਹੁੰਦੀ ਹੈ ਜੀ ਬਿਲਕੁਲ ਜੀ ਬਿਲਕੁਲ ਇਸ ਚੀਜ਼ ਤੇ ਨਾ ਆਪਣੇ ਕਿਸਾਨ ਕੀ ਕਰਦੇ ਆ ਕੱਲੀ ਦੱਬ ਦਿੰਦੇ ਆ ਫੀਡ ਪਾਤੀ ਜੀ ਹਾਂਜੀ ਫੀਡ ਪਾਤੀ ਦੁੱਧ ਨਹੀਂ ਦਿੱਤਾ ਉਹ ਵੀਰੋ ਉਹਦੇ ਬੈਲੈਂਸ ਹੁੰਦੇ ਆ ਐਨ ਕਟਾਈਨ ਉਹ ਆਪਣੇ ਡਾਕਟਰ ਸਾਹਿਬ ਬਾਰੇ ਦੱਸੋ ਜੀ ਜਿੰਨੇ ਜਿਹੜੇ ਨਿਊਟ੍ਰੀਸ਼ਨਲ ਆਪਣੇ ਵੈਲਿਊ ਸੈੱਟ ਕਰਦੇ ਹਾਂ ਇਸ ਇਹਦੀ ਡਿਟੇਲਸ ਆਪਾਂ ਨੈਕਸਟ ਵੀਡੀਓ ਆਪਾਂ ਤੁਹਾਨੂੰ ਹਰ ਮਹੀਨੇ ਵੀਡੀਓ ਕਰਨੀ ਹੈ ਹਾਂਜੀ ਹਰ ਮਹੀਨੇ 'ਚ ਜੋ ਲੋਕਾਂ ਨੂੰ ਸਾਡੇ ਤੋਂ ਪ੍ਰੋਬਲਮ ਆਈ ਆ ਫੀਡ ਤੋਂ ਅਸੀਂ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ ਸੁਝਾ ਲਵਾਂਗੇ ਜੋ ਜੋ ਕਹਿਣਗੇ ਆਪਾਂ ਉਸ 'ਤੇ ਵਰਕ ਕਰਾਂਗੇ ਅਤੇ ਸਾਡੇ ਡਾਕਟਰ ਨੇ USA ਤੋਂ ਜਿਨ੍ਹਾਂ ਨੇ ਇਹਦੇ ਨਿਊਟ੍ਰੀਸ਼ਨ ਦੇ ਡਿਗਰੀ ਹੋਲਡਰ ਨੇ ਉਹਦੇ ਨਾਲ ਸਾਰੀ ਡਿਟੇਲਸ ਤੁਹਾਨੂੰ ਗੱਲ ਵਰਕ ਕਰਕੇ ਜਿਵੇਂ ਡੀ ਤੁਹਾਨੂੰ ਆਪਾਂ ਗੱਲ ਕੀਤੀ ਉਹਦੀ ਡਰਾਈ ਫੀਡ ਦੀ ਆ ਉਹਦੀ ਕਿੰਨੀ ਪ੍ਰੋਟੀਨ ਆ ਜੋ ਵੀ ਆ ਤੁਹਾਨੂੰ ਇਕੱਲੀ ਇਕੱਲੀ ਚੀਜ਼ ਅਗਲੀ ਵੀਡੀਓ ਦੇ ਵਿੱਚ ਈਚ ਐਂਡ ਐਵਰੀਥਿੰਗ ਦੱਸਾਂਗੇ ਦੇਖੋ ਵੀਰੋ ਕੀ ਹੈ ਨਾ ਜਿਹੜੀ ਆਪਾਂ ਗਾਂ ਨੂੰ ਪਾਲ ਰਹੇ ਹਾਂ HF ਹੈ ਕਿੱਥੋਂ ਦੀ ਇਹ ਅਮੈਰੀਕਾ ਦੀ ਟੌਪ ਯੂਨੀਵਰਸਿਟੀ ਤੋਂ ਜਿਹੜੇ ਡਾਕਟਰ ਹੈਗੇ ਆ ਇਹਨਾਂ ਹਾਇਰ ਕੀਤੇ ਹੋਏ ਆ ਉਹਨਾਂ ਨੇ ਉੱਥੋਂ PhD ਕੀਤੀ ਹੈ ਫਿਲੋਸ ਮੰਨ ਲਓ ਵੀ ਇਹਦਾ PhD ਦਾ ਕੀ ਹੁੰਦਾ ਜੀ ਵੀ ਉਸ ਚੀਜ਼ ਬਾਰੇ ਇਹਦੇ ਉੱਤੇ ਕੋਈ ਪੜ੍ਹਾਈ ਹੈ ਨਹੀਂ ਔਰ ਟੱਚਵੁੱਡ ਇੰਨੇ ਕੁ ਇੰਟੈਲੀਜੈਂਟ ਨੇ ਜੀ ਇੰਨੇ ਕੁ ਇੰਟੈਲੀਜੈਂਟ ਨੇ ਮਤਲਬ ਉਹਨਾਂ ਲਈ ਤਾਂ ਸਾਰਾ ਕੁਝ ਟਿਪਸ ਤੇ ਆ ਅਸੀਂ ਕੁਝ ਵੀ ਪੁੱਛ ਲਈਏ ਨਹੀਂ ਨਹੀਂ ਐਸੇ ਨਹੀਂ ਐਸੇ ਉਹ ਮਿੰਟੋ ਮਿੰਟੀ ਸਾਨੂੰ ਮਤਲਬ ਇੰਨਾ ਕੁ ਉਹਨਾਂ ਦੀ ਸਪੋਰਟ ਆ ਸਾਨੂੰ ਮਤਲਬ ਬਹੁਤ ਜ਼ਿਆਦਾ ਇਫੈਕਟ ਮਿਲਦਾ ਉਹਦਾ ਰਿਜ਼ਲਟ ਆਉਂਦਾ ਸਭ ਕੁਝ ਮਿਲਦਾ ਸਾਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ ਸੀ ਵੀ ਗੈਡ ਇਹ ਮੈਨੂੰ ਵੀ ਇਹਨਾਂ ਪ੍ਰੋਪਰ ਨਹੀਂ ਪਤਾ ਸਾਨੂੰ ਪਤਾ ਇਹ 네ਗੇਟਿਵ ਹੋਣਾ ਚਾਹੀਦਾ ਇਹ ਹੋਣਾ ਚਾਹੀਦਾ ਇਹ ਸਾਰਾ ਅਸੀਂ ਉਹਨਾਂ ਤੋਂ ਸਿੱਖਿਆ ਜੀ ਉਹਨਾਂ ਤੋਂ ਸਿੱਖਿਆ ਪਰ ਮੋਟਾ ਜਿਹਾ ਆਪਾਂ ਨੂੰ ਮੈਨੂੰ ਤਾਂ ਇਹ ਪਤਾ ਵੀ ਇੱਕ ਤਾਂ ਨਮਕ ਨਹੀਂ ਪਾਉਣਾ ਉਹਨੂੰ ਇੱਕ ਮਿੱਠਾ ਸੋਡਾ ਨਹੀਂ ਪਾਉਣਾ ਸੋਣ ਤੋਂ ਪਹਿਲਾਂ ਕੈਲਸ਼ੀਅਮ ਹਫ਼ਤਾ ਪਹਿਲਾਂ ਉਹ ਵੀ ਜ਼ਰੂਰੀ ਹੈ ਬੰਦ ਕਰਨਾ ਜੀ ਇਹਨਾਂ ਦੋ ਤਿੰਨ ਚੀਜ਼ਾਂ ਬਾਰੇ ਜਿਹੜੀ ਪ੍ਰੋਪਰ ਮੈਂ ਵੀ ਰਿਸਰਚ ਕਰ ਰਿਹਾ ਪਰ ਜਿਹੜੇ ਡਾਕਟਰ ਕਹਿ ਦਈਏ ਪਰਫੈਕਟ ਤਾਂ ਕੋਈ ਨਹੀਂ ਹੁੰਦਾ ਇਹ ਸਾਰੀ ਉਮਰ ਜੀ ਦੇਖੋ ਕਿਉਂਕਿ ਹਰੇਕ ਵੈਦਰ ਹਰੇਕ ਦਾ ਪਾਣੀ ਕਰਦਾ ਹਰੇਕ ਦਾ ਹਰਾ ਪੱਠਾ ਉਹ ਡਿਫਰੈਂਟ ਆ ਡਿਫਰੈਂਟ ਠੀਕ ਹੈ ਫੀਡ ਅਸੀਂ ਸਭ ਨੂੰ ਸੇਮ ਦੇ ਸਕਦੇ ਹਾਂ ਉਹ ਚੀਜ਼ਾਂ ਅਸੀਂ ਹਰੇਕ ਦੇ ਸੇਮ ਨਹੀਂ ਕਰ ਸਕਦੇ ਅਤੇ ਉਹਨੂੰ ਅਸੀਂ ਸੁਧਾਰ ਕਰ ਸਕਦੇ ਵੀ ਉਹਦੇ ਫਾਰਮ 'ਤੇ ਆ ਪ੍ਰੋਬਲਮ ਆਈ ਹੈ ਅਤੇ ਉਹਦਾ ਸਲਿਊਸ਼ਨ ਕੀ ਆ ਉਹ ਅਸੀਂ ਕਰ ਸਕਦੇ ਹਾਂ ਇੱਕ ਇਹਦੇ 'ਚ ਚੀਜ਼ ਹੋਰ ਹੈ ਜੀ ਮੈਂ ਦੇਖਿਆ ਮੈਂ ਵੀ ਪਹਿਲਾਂ ਸਾਈਲੇਜ 'ਤੇ ਹੀ ਰੱਖਦਾ ਸੀ ਉਹ ਕੀ ਕਹਿੰਦੇ ਸਾਈਲੇਜ ਬਿਲਕੁਲ ਘੱਟ ਕਰ ਦਿਓ ਜਦੋਂ ਡੀਕੈਡ ਕਰਨਾ ਜੀ ਸਿਰਫ ਤੂੜੀ ਪਲੱਸ ਫੀਡ ਜੀ ਉਹਦੇ ਨਾਲ ਕੀ ਹੁੰਦਾ ਤੂੜੀ ਤੋਂ ਫਾਈਬਰ ਮਿਲ ਗਿਆ ਉਹਨੂੰ ਤੇ ਫੀਡ ਤੋਂ ਐਨਰਜੀ ਮਿਲੀ ਬੱਚੇ ਦਾ ਨਹੀਂ ਸਾਈਜ਼ ਘੱਟ ਹੈ ਪ੍ਰੋਪਰ ਉਹਦਾ ਬੈਲੈਂਸ ਚਲੋ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਹ ਗੱਲਾਂ ਥੋੜ੍ਹੀਆਂ ਡੂੰਘਾਈ ਜ਼ਿਆਦਾ ਆ ਜਾਂਦੀਆਂ ਵੀ ਜੇਕਰ ਤੁਹਾਨੂੰ ਮੰਨ ਲਓ ਵਿਸ਼ਵਾਸ ਹੈ ਮੇਰੇ 'ਤੇ ਜਿਹੜੇ ਫੋਲੋਅਰ ਹੈ ਨਾ ਤਾਂ ਕਰੋ ਸਟਾਰਟ ਜੀ ਹੈ ਨਾ ਵਿਸ਼ਵਾਸ ਦੀ ਵੀ ਗੱਲ ਦੇਖੋ ਇੱਕ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ ਤੁਸੀਂ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਦੀ ਫੀਡਾਂ ਲੋਕ ਪਾਉਂਦੇ ਨੇ ਕੀ ਤੁਸੀਂ ਉਹਨਾਂ ਦੇ ਮਾਲਕਾਂ ਨਾਲ ਗੱਲ ਕਰ ਸਕਦੇ ਮਤਲਬ ਹੀ ਨਹੀਂ ਅਸੀਂ ਸ਼ਰਿਆਂ ਕਹਿੰਦੇ ਹਾਂ ਲਓ ਸਾਡਾ ਨੰਬਰ ਜਦੋਂ ਤੁਹਾਨੂੰ ਦਿੱਕਤ ਆਵੇ ਅਸੀਂ ਬੈਠੇ ਹਾਂ ਤੁਹਾਡੀ ਕੋਈ ਪ੍ਰੋਬਲਮ ਆ ਅਸੀਂ ਸੋਲਵ ਕਰਕੇ ਦੇਵਾਂਗੇ ਅਸੀਂ ਫੇਸ ਟੂ ਫੇਸ ਗੱਲ ਕਰਨ ਨੂੰ ਤਿਆਰ ਹਾਂ ਹਰੇਕ ਬੰਦੇ ਨਾਲ ਅਤੇ ਕੋਈ ਕੰਪਨੀ ਦਾ ਮਾਲਕ ਇੰਨੀ ਸਿਰਦਰਦੀ ਨਹੀਂ ਲੈਂਦਾ ਨਹੀਂ ਲੈਂਦਾ ਜੀ ਰਾ ਮਟੀਰੀਅਲ ਨੂੰ ਹੀ ਚੈੱਕ ਕਰਾਉਂਦਾ ਹਾਂ ਕਿਤੇ ਨਾ ਕਿਤੇ ਕੋਈ ਹੁੰਦੀ ਹੈ ਇੰਨੀਆਂ ਅਸੀਂ ਵੀ ਦੇਖੋ ਸਾਡਾ ਜਿਹੜਾ ਵਿਜ਼ਨ ਆ ਸਾਡਾ ਵਿਜ਼ਨ ਬਹੁਤ ਵੱਡਾ ਵਾ ਅਸੀਂ ਇਸ ਨਾਮ ਨੂੰ ਇਸ ਨੂੰ ਬਹੁਤ ਉੱਤੇ ਤੱਕ ਲੈ ਕੇ ਜਾਣਾ ਔਰ ਆਪਣੀ ਇੰਡੀਆ ਦੀ ਫੀਡ ਬਹੁਤ ਨੰਬਰ 1 ਤੇ ਲੈ ਕੇ ਜਾਣੀ ਹੈ ਤੇ ਅਸੀਂ ਤੁਹਾਡੇ ਨਾਲ ਜੁੜ ਕੇ ਹੀ ਸਾਰਿਆਂ ਨਾਲ ਉਹ ਕਰਨਾ ਬਾਕੀ ਜੇ ਹੁੰਦੀ ਹੈ ਜਿਹੜੀ ਫੰਗਸ ਦੀ ਪ੍ਰੋਬਲਮ ਅਪਲਾਟੋਕਸਿਨ ਵਗੈਰਾ ਉਸ ਤੇ ਵੀ ਆਪਾਂ ਟੌਕਸਿਸਿਟੀ ਵਗੈਰਾ ਮੱਕੀ 'ਚ ਕਿੰਨੀ ਟੌਕਸਿਸਿਟੀ ਹੁੰਦੀ ਆ ਜਾਂ ਤੁਸੀਂ ਹੋਰ ਪਾਉਂਦੇ ਹੋ ਉਹ ਸਭ ਚੈੱਕ ਹੁੰਦਾ ਤੇ ਬਿਨਾਂ ਟੌਕਸਿਸਿਟੀ ਦੇ ਫੂਡ ਜਦੋਂ ਡੰਗਰ ਨੂੰ ਪੈਂਦਾ ਉਹ ਵੈਸੇ ਹੀ ਆਮ ਨਾਲੋਂ 15% ਬੈਟਰ ਹੋ ਜਾਂਦਾ ਤੇ ਉਹ ਕੁਆਲਿਟੀ ਆਉਣੀ ਹੀ ਆਉਣੀ ਹੈ ਹਾਂਜੀ ਉਹੀ ਹੈ ਨਾ ਜਿਵੇਂ ਤੁਸੀਂ ਇਹ ਕੀ ਕਰਦੇ ਬਲਕ ਦੇ ਵਿੱਚ ਵੀਰੋ ਜਿੱਥੋਂ ਨਿਊਟ੍ਰੀਸ਼ਨ ਵੈਲਿਊ ਦੀ ਵੱਧ ਹੈ ਉਹ ਚੀਜ਼ ਉੱਥੋਂ ਪਰਚੇਜ਼ ਕਰਦੇ ਆ ਚਾਹੇ ਜਿਵੇਂ ਮੱਕੀ ਦੀ ਗੱਲ ਕਰੀਏ ਆਪਾਂ ਮੈਂ ਬਿਹਾਰ 'ਚੋਂ ਕਿਹਾ ਉਹਨਾਂ ਖਰੀਦਣੀ ਪਈ ਜੇ ਅਦਰ ਸਟੇਟ ਤੋਂ ਇਹ ਕਹਿੰਦੇ ਆ ਵੀ ਅਸੀਂ ਜਿਹੜੀ ਚੀਜ਼ ਜਿੱਥੋਂ ਸਾਨੂੰ ਬੈਟਰ ਮਿਲੂ ਪਰਫਾਰਮੈਂਸ ਜ਼ਿਆਦਾ ਦਿਓ ਰੇਟ ਘੱਟੋ ਸਾਨੂੰ ਹੁਣ ਪਤਾ ਲੱਗਿਆ ਸੀ ਚਲੋ ਇਸ ਵਾਰ ਅਸੀਂ ਇੰਪੋਰਟ ਨਹੀਂ ਕਰ ਪਾਏ ਪਿਛਲੀ ਵਾਰ ਸਾਨੂੰ ਪਤਾ ਲੱਗਿਆ ਯੂਕਰੇਨ ਦੇ ਵਿੱਚ
ਜਮੀ ਬਹੁਤ ਚੰਗੀ ਆ ਉਹਦਾ TDN ਟੋਟਲ ਡਾਈਜੈਸਟਿਵ ਕੁਛ ਕਰਕੇ ਡਾਕਟਰ ਸਾਹਿਬ ਦੱਸਦੇ ਸੀ ਵੀ ਇਹ ਜ਼ਿਆਦਾ ਵਾ ਅਤੇ ਅਸੀਂ 5 ਕੰਟੇਨਰ ਨਾਲ ਦੀ ਨਾਲ ਉੱਥੋਂ ਮੰਗਵਾਏ ਜੀ ਠੀਕ ਹੈ ਫੀਲਡ ਵਾਸਤੇ ਸਾਨੂੰ ਤਾਂ ਬੈਸਟ ਤੋਂ ਬੈਸਟ ਮਿਲਣਾ ਚਾਹੀਦਾ ਅਸੀਂ ਤੁਹਾਨੂੰ ਬੈਸਟ ਤੋਂ ਬੈਸਟ ਦੇਣਾ ਗੱਲ ਉਹੀ ਆ ਗਈ ਜਿਵੇਂ ਡਾਕਟਰ ਸਾਹਿਬ ਨਿਊਟ੍ਰੀਸ਼ਨ ਦੇ ਸਪੈਸ਼ਲਿਸਟ ਹੈ ਨਾ ਇਹ ਜਿਵੇਂ ਆਪਣੇ ਲਾਵੋ ਟਿੱਬਿਆਂ ਦੀ ਜਿਹੜੀ ਚੀਜ਼ ਉੱਗਦੀ ਹੈ ਉਹਨੂੰ ਜੇ ਆਪਾਂ ਕਹੀਏ ਡਾਕਟਰ ਬਾਣ 'ਚੋਂ ਨਹੀਂ ਉੱਗਦੀ ਟਿੱਬਿਆਂ ਵਾਲੀ ਦੀ ਕੁਆਲਿਟੀ ਹੀ ਬਣਨੀ ਆ ਉੱਥੋਂ ਪਰਚੇਜ਼ ਕਰਦੇ ਹਾਂ ਇਹ ਬਹੁਤ ਬਰੀਕੀ ਵਾਲੀਆਂ ਗੱਲਾਂ ਅਤੇ ਪਰ ਇੰਨਾ ਕੋਈ ਧਿਆਨ ਮੈਂ ਕਹਿੰਦਾ ਵੀ ਜਿਹੜੇ ਕੀ ਹੁੰਦੇ ਨਾ ਉਹ ਪ੍ਰੋਫੈਸ਼ਨਲ ਨਹੀਂ ਹੁੰਦੇ ਜੀ ਹਰੇਕ ਬੰਦਾ ਕੋਸ਼ਿਸ਼ ਕਰਦਾ ਉਹਦੇ ਦੋ ਦੋ ਤਿੰਨ ਤਿੰਨ ਬਿਜ਼ਨਸ ਹੈ ਪਰ ਉਹ ਫੋਕਸ ਇੱਕ 'ਤੇ ਹੀ ਕਰਦਾ ਜਿਵੇਂ ਹੁਣ ਤੁਸੀਂ ਇੱਧਰ ਵੱਧ ਫੋਕਸ ਕਰ ਰਹੇ ਹੋ ਮੈਂ ਦੇਖਿਆ ਉਹ ਇੱਕ 'ਤੇ ਹੀ ਫੋਕਸ ਕਰਦਾ ਉਹ ਉਹਦਾ ਅੱਗੇ ਵੀ ਜਾਂਦਾ ਦੂਜੇ ਤਾਂ ਬੈਕਅਪ ਲਈ ਹੁੰਦੇ ਆ ਹੈ ਨਾ ਜਿਵੇਂ ਬਾਈ ਚਾਂਸ ਕੋਈ ਪਿੱਛੇ ਕਰੋਨਾ ਆ ਗਿਆ ਸੀਗਾ ਹੁਣ ਉਦੋਂ ਜਿਹੜਾ ਨਾ ਕੋਈ ਮੰਨ ਲਓ ਟਰਾਂਸਪੋਰਟ ਦਾ ਕੰਮ ਸੀ ਬਿਲਕੁਲ ਠੱਪ ਹੋ ਗਿਆ ਉਹ ਕੀ ਕਰਦੇ ਵਿਚਾਰੇ ਜੀ ਮੈਂ ਦੱਸਦਾ ਤੁਹਾਨੂੰ ਮੇਰਾ ਮੰਨ ਲਓ ਦੂਜਾ ਕੰਮ ਆ ਜ਼ਰੂਰੀ ਦਾ ਮੈਨੂੰ ਸ਼ਹਿਰ ਜਾਣ ਦਾ ਮੇਰੇ 10 ਪਿੰਡ ਜਾਣਦੇ ਆ 20 ਪਿੰਡ ਜਾਣਦੇ ਆ 30 ਪਿੰਡ ਜਾਣ ਹੁਣ ਜੇ ਅਸੀਂ ਕਿਤੇ ਜਾਂਦੇ ਹਾਂ ਤਾਂ ਅਗਲਾ ਅੱਜ ਆਪਣੇ ਡਿਸਟ੍ਰਿਕਟ ਤੋਂ ਬਾਹਰ ਜਾਂਦੇ ਹਾਂ ਤਾਂ ਲੋਕ ਜਾਣਦੇ ਠੀਕ ਹੈ ਮੇਰੇ ਉਹ ਕੰਮ ਨੂੰ ਕੋਈ ਨਹੀਂ ਜਾਣਦਾ ਡਿਸਟ੍ਰਿਕਟ ਤੋਂ ਬਾਅਦ ਠੀਕ ਹੈ ਉਹ ਕੰਮ ਮੈਂ ਕਰਦਾ ਮੇਰੇ ਕੋਲ ਡਿਸਟ੍ਰਿਕਟ ਦੇ ਗਾਹਕ ਨੇ ਹੱਦ ਡਿਸਟ੍ਰਿਕਟ ਦੇ ਗਾਹਕ ਨੇ ਜਦੋਂ ਮੈਂ ਡਿਸਟ੍ਰਿਕਟ ਤੋਂ ਬਾਹਰ ਪੈਰ ਧਰਦਾ ਤਾਂ ਲੋਕ ਇੰਨਾ ਕੁ ਪਿਆਰ ਦਿੰਦੇ ਨੇ ਡੇਰੀ ਮਾਸਟਰ ਵੀ ਲੋਕ ਪਛਾਣਦੇ ਹਾਂ ਜੇਕਰ ਮੈਂ ਹੁਣ ਮੰਨ ਲਓ ਇਕੱਲੇ ਪੈਸੇ ਖਤਰ ਜਾਂ ਕਾਸੇ ਖਤਰ ਗਲਤ ਚੀਜ਼ ਇੱਕ ਵਾਰ ਬੋਲਦੇ ਆ ਕਿੰਨਾ ਚਿਰ ਚੱਲੇ ਮੈਨੂੰ ਕਹਿ ਦਿੰਦੇ ਆ ਬਥੇਰੇ ਕੰਪਨੀ ਆਉਂਦੇ ਆ ਬਾਈ ਸਾਡੀ ਪ੍ਰਮੋਸ਼ਨ ਕਰਦੇ ਮੈਂ ਕਿਹਾ ਵੀ ਕਿਉਂ ਕਰਦੇ ਹਾਂ ਮੈਂ ਤੇਰੀ ਚੀਜ਼ ਵਰਤੋਂ ਮੈਨੂੰ ਵਧੀਆ ਲੱਗੂਗਾ ਬੋਲ ਸਹੀ ਇਹੀ ਹੁੰਦਾ ਜੀ ਹਾਂ ਤਾਂ ਮੈਂ ਤਾਂ ਤੁਹਾਨੂੰ ਇੱਕ ਗੱਲ ਤਾਂ ਹੀ ਦੱਸੀ ਸਾਡੇ ਮਨ 'ਚ ਕੋਈ ਚੋਰ ਨਹੀਂ ਅਸੀਂ ਡਾਇਰੈਕਟ ਟੂ ਡਾਇਰੈਕਟ ਮਿਲਣ ਨੂੰ ਤਿਆਰ ਹਾਂ ਜਦੋਂ ਮਰਜ਼ੀ ਆ ਜਾਓ ਸਾਡੇ ਕੋਲ ਤਾਂਹੀਓ ਮੈਂ ਸਾਡੇ ਮੱਥੇ ਵੱਟ ਨਹੀਂ ਹੈਗਾ ਠੀਕ ਹੈ ਜੀ ਇਹ ਨਹੀਂ ਹੈਗਾ ਵੀ ਕੋਈ ਵੱਡੀ ਕੰਪਨੀ ਜਾਣਾ ਵੀ ਅਸੀਂ ਵੀ ਸਾਦੇ ਬੰਦੇ ਹਾਂ ਤੁਹਾਡੇ ਵਰਗੇ ਕੋਈ ਫਰਕ ਨਹੀਂ ਹੈਗਾ ਘਰੇਲੂ ਬੰਦੇ ਕੋਈ ਐਸੀ ਗੱਲ ਨਹੀਂ ਬਟ ਸਾਡਾ ਵਿਜ਼ਨ ਵੱਡਾ ਅਸੀਂ ਇਸ ਕੰਪਨੀ ਨੂੰ ਬਹੁਤ ਵੱਡੇ ਲੈਵਲ 'ਤੇ ਲੈ ਕੇ ਜਾਣਾ ਔਰ ਸਾਰੇ ਫਾਰਮਰਾਂ ਦੇ ਪਿਆਰ ਨਾਲ ਲੈ ਕੇ ਜਾਣਾ ਬਿਲਕੁਲ ਜੀ ਬਸ ਇੱਕੋ ਹੀ ਮੇਰੀ ਗੁਜ਼ਾਰਿਸ਼ ਹੈ ਤੁਹਾਨੂੰ ਬੇਨਤੀ ਹੈ ਸਾਡਾ ਪਰਿਵਾਰ ਬਣ ਰਿਹਾ ਜੀ ਵੀ ਜਿਹੜੇ ਆਪਣੇ ਬੰਦੇ ਹਨ ਜਿਹੜੇ ਜੁੜ ਗਏ ਇਹ ਬਿਲਕੁਲ ਜੈਨੂਇਨ ਹੈ ਬਸ ਕਿਤੇ ਵੀ ਕੁਆਲਿਟੀ ਨਾਲ ਕੁਆਲਿਟੀ ਕੁਆਲਿਟੀ ਨਾਲ ਕੋਈ ਵੀ ਕੰਪਰੋਮਾਈਜ਼ ਜ਼ਿੰਦਗੀ 'ਚ ਨਹੀਂ ਕਰਨਾ ਜੀ ਕਦੇ ਵੀ ਨਹੀਂ ਕਰਨਾ ਇਹ ਇਹ ਨਹੀਂ ਅਸੀਂ ਇਹਨੂੰ ਨੂਰ ਪਰਿਵਾਰ ਕਹਿੰਦੇ ਹਾਂ ਅਸੀਂ ਜੋ ਇਹਨੂੰ ਸ਼ਬਦ ਦਿੱਤਾ ਤਾਂ ਅਸੀਂ ਇਹਨੂੰ ਨੂਰ ਪਰਿਵਾਰ ਦਿੱਤਾ ਇਹ ਸਾਡਾ ਪਰਿਵਾਰ ਵੱਡਾ ਹੋ ਰਿਹਾ ਅਸੀਂ ਇਹ ਪਰਿਵਾਰ ਨੂੰ ਲੈ ਕੇ ਉੱਤੇ ਜਾਣਾ ਤੇ ਅਸੀਂ ਅਸੀਂ ਵਧਾਂਗੇ ਤਾਂ ਸਾਡਾ ਫਾਰਮਰ ਵਧੂਗਾ ਠੀਕ ਹੈ ਸਾਡਾ ਫਾਰਮਰ ਵਧੂਗਾ ਤਾਂ ਅਸੀਂ ਵਧਾਂਗੇ ਇਹ ਇਹ ਵੱਡੀ ਗੱਲ ਹੈ ਸਾਡੇ ਲਈ ਤੇ ਬਾਕੀ ਦੂਸਰੀਆਂ ਫੀਡਸ ਆ ਜਿਹੜੀਆਂ ਜੀ ਮਿਲਕਿੰਗ ਵਾਲੀਆਂ ਬਾਰੇ ਵੀ ਥੋੜ੍ਹਾ ਬਹੁਤਾ ਸ਼ੋਰਟ 'ਚ ਦੱਸ ਦਿਓ ਜੀ ਆਪਣੇ ਕੋਲ ਕਿਹੜੀਆਂ ਕਿਹੜੀਆਂ ਹੈਗੀਆਂ ਅਤੇ ਬੱਚਿਆਂ ਵਾਲੀ ਵੀ ਕਈ ਵਾਰੀ ਅਗੇਤਾ ਸੂਆ ਪੈਂਦਾ ਕਿਸੇ ਦਾ ਅਗਲੇ ਮਹੀਨੇ ਤੋਂ ਮਿਲਕਿੰਗ ਸਟਾਰਟ ਹੁੰਦੀ ਜੀ ਸਾਡੇ ਕੋਲ ਮਿਲਕਿੰਗ ਵਾਲੀ ਨੂਰ ਚੂਰੀ ਆ ਜਾਂਦੀ ਆ ਠੀਕ ਹੈ ਜੀ C20 ਆ ਜਾਂਦੀ ਮਿਲਕ 20 ਆ ਜਾਂਦੀ ਆ ਮਿਲਕ 40 ਆ ਜਾਂਦੀ ਆ ਇਹ ਤਾਂ ਆ ਗਈਆਂ ਗਊਆਂ ਦੀਆਂ ਆ ਗਈਆਂ B20 ਅਤੇ B40 ਮੱਝਾਂ ਵਾਲੀ ਆ ਗਈ ਜੀ ਇਹ ਹੈਗੀਆਂ ਮਿਲਕਿੰਗ ਵਾਲੀਆਂ ਉਸ ਤੋਂ ਬਾਅਦ ਡਰਾਈ ਆ ਜਾਂਦੀ ਆ ਕਾਫ ਸਟਾਰਟਰ ਆ ਜਾਂਦੀ ਆ ਟ੍ਰਾਂਜਿਟ ਆ ਜਾਂਦੀ ਆ ਅਤੇ ਸਾਰੇ ਤਰ੍ਹਾਂ ਦੇ ਫੀਡ ਸਾਡੇ ਕੋਲ ਅਵੇਲੇਬਲ ਆ ਇਹ ਜੀ ਆਪਾਂ ਬ੍ਰਾਂਚ ਆਫਿਸ ਬਾਰੇ ਥੋੜ੍ਹਾ ਦੱਸ ਦਿਓ ਡਿਸਟ੍ਰਿਕਟ 'ਚ ਬ੍ਰਾਂਚ ਆਫਿਸ ਫਿਲਹਾਲ ਤਾਂ ਜਿਹੜਾ ਸਾਡਾ ਮੇਨ ਹੈੱਡ ਆ ਕੁਆਟਰ ਉਹ ਦੁਰਾਹਾ ਸ਼ਹਿਰ ਦੇ ਵਿੱਚ ਆ GT ਰੋਡ ਦੇ ਉੱਪਰ ਬਿਲਕੁਲ ਸਿਚੁਏਟ ਰੋਡ ਦੇ ਉੱਤੇ ਆ ਕਦੋਂ ਵੀ ਤੁਸੀਂ ਖੰਨੇ ਤੋਂ ਜਦ ਲੁਧਿਆਣੇ ਨੂੰ ਜਾਓਗੇ ਨਹਿਰ ਵਾਲਾ ਪੁਲ ਉੱਤਰਦੇ ਸਾਰ ਲੈਫਟ ਸਾਈਡ 'ਤੇ ਸਾਡਾ ਮੇਨ ਆਫਿਸ ਆ ਉੱਥੇ ਆ ਕੇ ਸਾਨੂੰ ਕਦੇ ਵੀ ਕੋਈ ਵੀ ਮਿਲ ਸਕਦਾ ਅਸੀਂ ਹਰ ਟਾਈਮ ਅਵੇਲੇਬਲ ਹਾਂ ਅਤੇ ਜਿਹੜੇ ਸਾਡੇ ਆਫਿਸ ਨੇ ਉਹ ਤੁਸੀਂ ਨੰਬਰ ਸਕਰੀਨ 'ਤੇ ਤੁਹਾਨੂੰ ਦਿੱਤੇ ਗਏ ਨੇ ਉਹਦੇ 'ਤੇ ਨੰਬਰ 'ਤੇ ਲੈ ਕੇ ਜਿਹੜਾ ਤੁਹਾਡੇ ਨਾਲ ਦਾ ਨੇੜੇ ਦਾ ਪਿੰਡ ਦਾ ਡੀਲਰ ਜਾਂ ਤੁਹਾਡੇ ਸ਼ਹਿਰ ਦਾ ਡੀਲਰ ਹੋਊਗਾ ਤੁਹਾਨੂੰ ਉਹਦੇ ਨਾਲ ਟਾਈ ਅਪ ਕਰ ਦਿੱਤਾ ਜਾਊਗਾ ਤੁਸੀਂ ਉਸ ਨੰਬਰ 'ਤੇ ਆਪਣੀ ਇਨਕੁਆਇਰੀ ਦੇ ਦਿਓ ਅਤੇ ਤੁਹਾਨੂੰ ਵਿਦਇਨ 24 ਆਵਰਸ ਬੈਕ ਕਾਲ ਆਊਗੀ ਅਤੇ ਬਾਕੀ ਜਿਹੜੇ ਬੰਦੇ ਕੋਲ ਇਕੱਠੀ ਫੀਡ ਦੀ ਰਿਕੁਆਇਰਮੈਂਟ ਆ ਜਿਹਨੇ ਫਾਰਮ ਲਈ ਯੂਜ਼ ਕਰਨੀ ਆ ਤਾਂ ਉਹ ਆਪਣਾ ਔਰਡਰ ਉੱਥੇ ਲਿਖਾ ਵੀ ਸਕਦਾ ਅਤੇ ਉਹਦੇ ਕੋਲ ਗੱਡੀ ਅਸੀਂ ਭੇਜ ਵੀ ਦਿੰਦੇ ਹਾਂਜੀ ਬਾਕੀ ਡੀਲਰਸ਼ਿਪ ਦੀ ਦੱਸ ਦਿਓ ਜੀ ਜਿਵੇਂ ਮੈਂ ਕੋਸ਼ਿਸ਼ ਕਰਦਾ ਬਠਿੰਡੇ ਦੇ ਵਿੱਚ ਕੋਈ ਡੀਲਰ ਤੁਹਾਨੂੰ ਲੱਭ ਕੇ ਦੇਣਾ ਮੇਰਾ ਓਪਨ ਰਿਕੁਐਸਟ ਆ ਸਾਰਿਆਂ ਨੂੰ ਮਤਲਬ ਓਪਨਲੀ ਅਸੀਂ ਬੁਲਾਉਂਦੇ ਹਾਂ ਜਿਹੜਾ ਸ਼ਹਿਰ ਦੇ ਵਿੱਚੋਂ ਕਿਸੇ ਵੀ ਸ਼ਹਿਰ 'ਚੋਂ ਡੀਲਰਸ਼ਿਪ ਲੈਣਾ ਚਾਹੁੰਦਾ ਹੋਲਸੇਲ ਚਾਹੇ ਸਿੰਪਲ ਕਾਊਂਟਰ ਅਸੀਂ ਮੋਸਟ ਵੈਲਕਮ ਉਹਦੇ ਲਈ ਅਤੇ ਉਹਦੇ 'ਚ ਤੁਹਾਨੂੰ ਅਸੀਂ ਇੱਕ ਵਾਅਦਾ ਕਰਦੇ ਹਾਂ ਜੇ ਤੁਸੀਂ ਸਾਡੇ ਨਾਲ ਕੰਮ ਕਰੋਗੇ ਅਸੀਂ ਤੁਹਾਨੂੰ ਕਸਟਮਰ ਵੀ ਦੇਵਾਂਗੇ
ਤੇ ਤੁਹਾਨੂੰ ਫੀਡ ਵੀ ਇਕੱਲੇ ਤੁਹਾਡੇ ਕਾਊਂਟਰ 'ਤੇ ਦੇਵਾਂਗੇ, ਉਹਦੇ ਨਾਲ ਤੁਹਾਡੇ ਤਾਂ ਹੋਰ ਵੀ ਚੰਗੇ ਕਸਟਮਰ ਜੁੜਨਗੇ ਅਤੇ ਤੁਹਾਨੂੰ ਚੰਗਾ ਰਿਸਪੋਂਸ ਆਊਗਾ ਅਤੇ ਤੁਹਾਡਾ ਪਿਆਰ ਵਧੂਗਾ ਲੋਕਾਂ 'ਚ। ਹਾਂਜੀ, ਜਿਵੇਂ ਕਹਿੰਦੇ ਇੱਕ ਜ਼ਿਲ੍ਹੇ ਦੇ ਵਿੱਚ ਸਿਰਫ ਇੱਕ ਡੀਲਰ ਨੂੰ ਹੀ ਅਸੀਂ ਪਹਿਲਾਂ ਇੱਕ ਸ਼ਹਿਰ ਦੇ ਵਿੱਚ ਇੱਕ ਜ਼ਿਲ੍ਹਾ ਵੱਡਾ ਸੋਰੀ ਸ਼ਹਿਰ ਦੇ ਇੱਕ ਸ਼ਹਿਰ ਦੇ ਵਿੱਚ ਇੱਕ ਡੀਲਰ ਨੂੰ ਹੀ ਮੰਨ ਲਓ ਦੇਵਾਂਗੇ ਉਹ ਜਿਹੜੀ ਮੈਂਬਰਸ਼ਿਪ ਆਉਂਦੀ, ਉਸ ਤੋਂ ਇਲਾਵਾ ਹੋਰ ਕਿਤੋਂ ਨਹੀਂ ਉਹ ਫੀਡ ਮਿਲੂਗੀ। ਹਾਂ, ਜਾਂ ਇੱਥੋਂ ਮਿਲ ਜੂ ਹੈੱਡ ਆਫਿਸ 'ਚੋਂ ਜੀ, ਜਿਹਨੇ ਲੈਣੀ ਜੀ ਹੈੱਡ ਆਫਿਸ 'ਚੋਂ ਮਿਲ ਜੂਗੀ। ਜੇ ਤੁਹਾਡੇ ਏਰੀਏ ਦਾ ਡੀਲਰ ਦੇ ਏਰੀਏ ਦਾ ਸਾਡੇ ਕੋਲ ਕਸਟਮਰ ਆਉਂਦਾ ਤਾਂ ਆਟੋਮੈਟਿਕਲੀ ਉਸ ਡੀਲਰ ਕੋਲ ਸ਼ਿਫਟਡ ਹੋਊਗਾ। ਇਹ ਨਹੀਂ ਹੋਊਗਾ ਵੀ ਉਸ ਅਸੀਂ ਉਹ ਡੀਲਰ ਤੁਹਾਨੂੰ ਬਣਾਤਾ ਅਤੇ ਸਾਡੀ ਫੀਡ ਫੈਕਟਰੀ 'ਚੋਂ ਜਾ ਰਹੀ ਹੈ ਅਤੇ ਤੁਹਾਨੂੰ ਡੀਲਰ, ਸਾਡਾ ਕੋਈ ਵੀ ਕਸਟਮਰ ਅਸੀਂ ਤੁਹਾਡੇ ਰਾਹੀਂ ਹੀ ਜਾਊਗਾ ਕਿਉਂਕਿ ਅਸੀਂ ਵੀ ਆਪਣਾ ਨੈਟਵਰਕ ਬਣਾਉਣਾ ਚਾਹੁੰਦੇ ਹਾਂ ਅਤੇ ਅਸੀਂ ਹਾਲੇ ਤਾਂ ਸਾਡੇ ਕੋਲ ਓਪਨ ਫੀਲਡ ਆ, ਜਿਹੜਾ ਮਰਜ਼ੀ ਆ ਸਕਦਾ ਅਤੇ ਓਨੀ ਜ਼ਿਆਦਾ ਅਸੀਂ ਉਹਨਾਂ ਨਾਲ ਕੋਪਰੇਟ ਕਰਕੇ ਜਿੰਨਾ ਹੋ ਸਕਿਆ ਉਹਨਾਂ ਨਾਲ ਡੀਲ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਇੱਕ ਜੀ ਮੰਨ ਲਓ ਕੋਈ ਆਪਣਾ ਬੈਚ ਇਹ ਐਕਸਪਾਇਰੀ ਡੇਟ ਤਾਂ ਨਹੀਂ ਜ਼ਿਆਦਾ ਹੁੰਦੀ, ਉਹਨਾਂ ਦੀ ਤਿਆਰ ਕਿੰਨਾ ਕੁ ਤਿਆਰ ਕਰ? ਅਸੀਂ ਤਾਂ ਸਾਡੇ ਕੋਲ ਤਾਂ ਜੀ ਬੁਕਿੰਗ 'ਤੇ ਚੱਲਦਾ। ਓਕੇ, ਸਾਡੇ ਕੋਲ ਤਾਂ ਅੰਦਰ ਅੰਦਰ ਇਹ ਲਾ ਲਓ ਵੀ ਕਦੇ ਵੀ 100 ਬੈਗ ਤੋਂ ਉੱਪਰ ਅੰਦਰ ਬੈਗ ਹੀ ਨਹੀਂ ਰਹਿੰਦਾ ਜੀ। ਠੀਕ ਹੈ, ਇਹ ਨਹੀਂ ਹੈਗਾ ਅਸੀਂ ਗਦਾਉਂ ਧਾਂਕਾ ਲਾਂਗੇ ਆਪਣੀਆਂ, ਸਾਡਾ ਕੋਈ ਡੀਲਰ ਸਾਨੂੰ ਆਰਡਰ ਨਹੀਂ ਕਰਦਾ। ਮੈਨੂੰ ਨਹੀਂ ਕਿਹਾ ਵੀ ਤੁਸੀਂ ਮੈਨੂੰ 4 ਦਿਨ ਪਹਿਲਾਂ ਦੱਸਣਾ, ਤੀਸਰੇ ਦਿਨ ਅਸੀਂ ਓਕੇ ਕਰਕੇ ਉਹਨੂੰ ਚੌਥੇ ਦਿਨ ਡਿਲੀਵਰੀ ਦਿੰਦੇ ਡਿਲੀਵਰੀ ਅਤੇ ਸਾਨੂੰ ਉਹਦਾ ਫਰੈਸ਼ ਤੋਂ ਫਰੈਸ਼ ਫੀਡ ਸਾਡੇ ਫਾਰਮਰ ਕੋਲ ਜਾਵੇ। ਮੰਨ ਕੇ ਚਲੋ ਜੇ ਦੁਕਾਨਦਾਰ ਕੋਈ ਮਹੀਨਾ ਪਈ ਰਹੇਗੀ ਤਾਂ ਉਹਦੇ ਘਰ ਜਾ ਕੇ ਖਰਾਬ ਨਾ ਖਰਾਬ ਨਾ ਹਾਂ, ਮਤਲਬ ਜੇ ਆਪਾਂ ਪਹਿਲੀ ਮਹੀਨਾ ਪੁਰਾਣੀ ਭੇਜਤੀ ਉਹ ਸਵਾਦ ਵਾਲੀ ਗੱਲ ਨਹੀਂ। ਬਾਕੀ ਇੱਕ ਗੱਲ, ਜਿਵੇਂ ਮੈਂ ਪਹਿਲੀ ਪਹਿਲਾਂ ਆਇਆ ਉੱਥੇ ਮੈਨੂੰ ਚੰਗੀ ਲੱਗੀ, ਕਹਿੰਦੇ ਜੀ ਆਹ ਫੀਡ ਆ ਗਈ ਸੀ, ਉਹਨੂੰ ਕਹਿੰਦੇ ਕੋਈ ਸਮੱਸਿਆ ਲੱਗੀ, ਕਹਿੰਦੇ ਸਾਡੀ ਮੋਡ ਹਾਂ ਕੀ ਹੋਇਆ ਸੀ ਉਹ ਮਾੜਾ ਜਿਹਾ ਸ਼ੋਪ 'ਚ ਸਾਡਾ ਉਹ ਕਿਸੇ ਨੇ ਡੰਗਰ ਨੇ ਫੀਡ ਨਹੀਂ ਖਾਧੀ ਅਤੇ ਉਹ ਕਹਿੰਦੇ ਵੀ ਸਾਡੇ ਐਨੀਮਲ ਨੇ ਫੀਡ ਨਹੀਂ ਖਾਧੀ। ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਚੇਂਜ ਕਰਕੇ ਲਿਆਉਣਾ ਸੀ, ਤੁਹਾਡੀ ਆਪਸ਼ਨ, ਤੁਹਾਡਾ ਖੁੱਲ੍ਹਾ ਬੈਗ ਸਾਡੀ ਵਾਪਸੀ, ਨਹੀਂ ਖਾਧੀ ਪੈਸੇ ਵਾਪਸ ਲੈ ਜਾਓ, ਸਾਨੂੰ ਤੁਹਾਡੇ ਨਾਲ ਕੋਈ ਹੋ ਨਹੀਂ ਹੈਗਾ। ਕੀ ਹੋ ਜਾਂਦਾ ਕਈ ਵਾਰ ਨਾ ਸਾਡੀ ਫੀਡ ਥੋੜ੍ਹੀ ਕੜੱਤਣ ਕਰਕੇ, ਕਿਉਂਕਿ ਖਲਾਂ ਸਾਡੀਆਂ ਆਪਦੀਆਂ ਨੇ, ਉਹ ਖਲਾਂ ਕਰਕੇ ਕੌੜੀ ਹੋ ਜਾਂਦੀ ਆ, ਉਹ ਸ਼ੁਰੂ ਤੋਂ ਡੰਗਰ ਮਿੱਠੇ ਦੀ ਆਦਤ ਪਾਈ ਹੁੰਦੀ ਆ ਅਤੇ ਹੌਲੀ ਹੌਲੀ ਲੱਗਦਾ ਅਤੇ ਸਾਨੂੰ ਕੋਈ ਓਬਜੈਕਸ਼ਨ ਨਹੀਂ ਹੁੰਦੀ, ਨਹੀਂ ਆ ਤਾਂ ਖੁੱਲ੍ਹੀ ਵੀ ਅਸੀਂ ਕਹਿ ਦਿੰਦੇ ਵੀ ਦੇ ਜਾ, ਕੋਈ ਦਿੱਕਤ ਵਾਲੀ ਗੱਲ। ਇੱਕ ਵਾਰ ਮੈਂ ਦੇਖਿਆ ਜੀ ਕਿ ਫੀਡ ਵਾਲੇ ਸੀਗੇ, ਹੁਣ ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਉਹਨਾਂ ਦੀ ਫੀਡ ਜਾ ਰਹੀ ਸੀ ਬਾਰਿਸ਼ ਆ ਗਈ, ਰਾਤ ਫੀਡ ਸੀ ਭਿੱਜ ਗਈ, ਉਹ ਕੀ ਕਹਿੰਦੇ, ਮੈਂ ਕਿਹਾ ਵੀ ਹੁਣੇ ਤਾਂ ਕੀ ਹਾਲ ਹੋ, ਕਹਿੰਦੇ ਵਾਹ ਵੀ ਉੱਥੋਂ ਮੋੜੀ ਦੁਬਾਰਾ, ਕਹਿੰਦੇ ਉਹਨੂੰ ਕਰਕੇ ਮਿਕਸ ਕਰਕੇ ਦੁਬਾਰਾ ਭਰਤੇ ਕੱਟੇ ਆ ਉਹ। ਸਾਡੀ ਤਾਂ ਜੀ ਜੇ ਸਾਡਾ ਲੋਟ ਖਰਾਬ ਹੋ ਗਿਆ ਸਾਡੇ ਗਾਂਵ 'ਚ, ਜਿੱਥੇ ਵੀ ਜਾਊਗੀ ਕੋਈ ਜਾਨ ਪੁਰ ਵਿੱਚ ਜਾਊਗੀ ਜੇ ਮਾੜੀ ਜੀ ਵੀ ਹੋਊਗੀ, ਉਹਨੂੰ ਚੈੱਕ ਕਰਕੇ ਵੀ ਕਿਸੇ ਦੇ ਐਨੀਮਲ ਨੂੰ ਨਾ ਪਵੇ ਗਲਤ, ਜੋ ਅਵਾਰਾ ਜਾਨਵਰ ਨੇ ਅਸੀਂ ਉਹਨਾਂ ਨੂੰ ਪਵਾ ਦਿੰਦੇ ਹਾਂ, ਜਾਂ ਸਾਡਾ ਪ੍ਰੋਪਰ ਜੋ ਤੁਸੀਂ ਇਹਦੇ ਉੱਪਰ ਲਿਖਿਆ ਗੱਟੇ ਦੇ ਜੋ ਬੈਕ ਸਾਈਡ ਤੇ ਲਿਖਿਆ ਹੁੰਦਾ ਜਿੱਥੇ ਮਰਜ਼ੀ ਚੈੱਕ ਕਰਾ ਲੈਣ, ਜਿੱਥੇ ਮਰਜ਼ੀ ਜੀ ਜਿੱਥੇ ਮਰਜ਼ੀ, ਸਾਨੂੰ ਕੋਈ ਇਤਰਾਜ਼ ਨਹੀਂ। ਸਾਡਾ ਕਿਤੇ ਚੈਕਿੰਗ ਵੀ ਹੋਈ ਹੈ ਜੀ, ਇਹ ਨਹੀਂ ਹੈਗਾ ਸਾਡੇ ਕਿਸੇ ਨੇ ਕਿਸੇ ਪਿੰਡ ਦੇ ਵਿੱਚ ਕਿਸੇ ਨੇ ਕਹਿੰਦਾ ਵੀ ਤੁਹਾਡੀ ਫੀਡ ਦੇ ਵਿੱਚ ਟੌਕਸੀਸਿਟੀ ਆ, ਅਤੇ ਮੈਂ ਸਿਧਾਰਥ ਨੂੰ ਕਿਹਾ, ਸ਼ਾਇਦ ਆਪਣੀ ਗੱਲ ਪਹਿਲਾਂ ਵੀ ਹੋਈ ਹੋਊਗੀ, ਅਤੇ ਮੈਂ ਸਿਧਾਰਥ ਨੂੰ ਇਹ ਗੱਲ ਕਹੀ, ਮੈਂ ਕਿਹਾ ਯਾਰ ਵੀ ਆਪਣੇ ਕੋਈ ਮਾੜੀ ਗੱਲ ਆ ਜੇ ਕਿਸੇ ਦੇ ਘਰੇ ਟੌਕਸੀਸਿਟੀ ਆ ਗਈ, ਇਹ ਇਹਨੂੰ ਮੈਂ ਉਸੇ ਟਾਈਮ 'ਤੇ ਉਹਨਾਂ ਨੂੰ ਬਿਨਾਂ ਦੱਸੇ ਭੇਜਤਾ ਅਤੇ ਇਹਨੇ 5 ਲੈਬੋਰਟਰੀਆਂ ਵਾਲੇ ਬੁਲਾ ਲਏ ਉੱਥੇ ਅਤੇ ਸਾਰਿਆਂ ਨੂੰ ਸੈਂਪਲ ਭਰਾਤੇ, ਅਤੇ ਇਨ ਦਾ ਸੈਂਸ ਇਹਨੂੰ 3 ਦਿਨ ਲੱਗ ਗਿਆ, ਜਿਹਨੇ ਟੈਸਟ ਕੀਤਾ ਸੀ ਉਹਨੇ ਤਾਂ 2 ਘੰਟੇ 'ਚ ਦੱਸ ਕੇ ਦੱਸਤਾ ਸਾਡੇ ਘਰ ਟੌਕਸੀਸਿਟੀ ਆ, ਅਸੀਂ ਬੰਬੇ ਸੈਂਪਲ ਭੇਜੇ ਉਹਨੂੰ, 5 ਦਿਨ 'ਚ ਕਸਟਮਰ ਨੇ ਤਾਂ ਮੈਨੂੰ ਬਹੁਤ ਤੰਗ ਕੀਤਾ ਵੀ ਆਈ ਨਹੀਂ ਜੀ ਰਿਪੋਰਟ ਆਈ ਨਹੀਂ, ਪਰ ਜਿੱਦਣ ਮੇਰੀ ਰਿਪੋਰਟ ਆ ਗਈ ਤਾਂ ਮੈਂ ਕੰਪਨੀ ਵਾਲੇ ਨੂੰ ਕਿਹਾ, ਉਹਨਾਂ ਨੂੰ ਕਿਹਾ ਵੀ ਕੰਪਨੀ ਵਾਲੇ ਬੁਲਾ ਲਓ ਜਿਹਨੇ ਕਿਹਾ ਵੀ ਸਾਡੀ ਫੀਡ ਸਟੋਕ ਸਾਡੇ ਵਾਲੀ ਬਿਨਾਂ ਟੌਕਸੀਸਿਟੀ ਤੋਂ ਫੀਡ, 5 ਲੈਬ ਦੀ ਰਿਪੋਰਟ ਆਈ, 5 ਓਕੇ ਆਈਆਂ ਅਤੇ 5 ਅਲੱਗ ਸੀਗੀਆਂ, ਅਤੇ ਅਸੀਂ ਮਤਲਬ ਉਹਨਾਂ ਨੂੰ ਇਹ ਵੀ ਕਿਹਾ ਸੀ 5 ਚੋਂ ਮਤਲਬ ਜਿਹੜੇ ਸੀਗੇ 2 ਉਹਨਾਂ ਦੇ ਸੀ, 3 ਸਾਡੇ ਸੀ, ਠੀਕ ਹੈ ਲੈਬ ਵਾਲੇ, ਇਹ ਨਹੀਂ ਸੀਗਾ ਵੀ ਅਸੀਂ ਆਪਣਾ, ਅਸੀਂ ਕਿਹਾ ਬਟ ਟੈਸਟਿੰਗ ਰਿਪੋਰਟ ਅਸੀਂ ਬੰਬੇ ਦੀ ਲਵਾਂਗੇ, ਅਤੇ ਉਹ ਲਈ ਅਤੇ ਸਾਡੀ ਫੀਡ ਪਾਸ ਹੋਈ, ਅਤੇ ਉਹ ਅੱਜ ਵੀ ਸਾਡੇ ਕਸਟਮਰ ਨੇ, ਅਤੇ ਹੁਣ ਉਹ ਸਭ ਨੂੰ ਚੈਲੰਜ ਕਰਦੇ ਵੀ ਨਹੀਂ ਇਹ ਸਹੀ ਨੇ, ਉਹ ਗਲਤ ਗਾਈਡ ਕਰਦੇ। ਹਾਂ, ਹੋ ਜਾਂਦਾ ਜੀ ਬਹੁਤ। ਚਲੋ ਮੈਂ ਹੁਣ ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਇੱਥੇ ਕਈ ਵਾਰ ਜਦੋਂ ਦੁੱਧ ਜ਼ਿਆਦਾ ਹੋ ਜਾਂਦਾ ਤਾਂ ਜਾਣ ਕੇ ਹੀ ਕਹਿ ਦਿੰਦੇ ਵੀ ਆਹ ਫੀਡ ਵਰਤੋ ਜੀ ਇਹਦੇ 'ਚ, ਹਨਾ, ਬਹੁਤ ਕੁਛ ਹੁੰਦਾ, ਬਾਕੀ ਆਪਾਂ ਕਰਦੇ ਹਾਂ ਜੀ ਰਲ ਮਿਲ ਕੇ, ਇੱਕ ਤਰ੍ਹਾਂ ਨਾਲ ਸੇਵਾ ਹੀ ਕਰਨੀ ਹੈ ਅਸੀਂ ਤਾਂ, ਚੰਗਾ ਲੱਗਦਾ ਤਾਂ ਸਾਡੇ ਨਾਲ ਜੁੜੋ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।